ਸ੍ਰੀਕਾਲ ਜੀ, ਮੈਂ ਗੁਰਸਿਮਰਨ ਸਿੰਘ ਧਨੋਆ ਨੈਚੁਰਲ ਫਾਰਮ ਤੋਂ। ਤੇ ਬਾਈ ਜੀ, ਅੱਜ ਆਪਾਂ ਗੱਲ ਕਰਾਂਗੇ ਸੇਬ ਬਾਰੇ। ਪਿਛਲੀ ਵੀਡੀਓ ਚ ਆਪਾਂ ਅੰਬ ਨੂੰ ਤੋੜਨ ਬਾਰੇ, ਅੰਬ ਦੀ ਥਿਨਿੰਗ ਕਰਨ ਬਾਰੇ, ਜਾਂ ਛੋਟੇ ਬੂਟੇ ਨੂੰ ਅੰਬ ਕਿਉਂ ਨਹੀਂ ਰੱਖਣਾ ਉਸ ਬਾਰੇ ਗੱਲ ਕੀਤੀ ਸੀ। ਅੱਜ ਆਪਾਂ ਗੱਲ ਕਰਾਂਗੇ ਸੇਬ ਦੇ ਬੂਟੇ ਬਾਰੇ। ਸੇਬ ਦੇਖੋ ਜੀ, ਮਈ ਦਾ ਮਹੀਨਾ ਤੇ ਮਈ ਅੱਜ 14-15 ਹੋ ਚੁੱਕੀ ਹੈ। ਸੇਬ ਤਕਰੀਬਨ ਆਪਦਾ ਸਾਈਜ਼ ਲੈ ਚੁੱਕੇ ਨੇ ਜੀ। ਹੁਣ ਇਹ ਥੋੜ੍ਹੇ ਥੋੜ੍ਹੇ ਵਧਣਗੇ, 100 ਗ੍ਰਾਮ ਦੇ ਅਟੇ ਸਟੇ ਇਹਨਾਂ ਦਾ ਵਜ਼ਨ ਹੋ ਚੁੱਕਿਆ ਜੀ। ਹੁਣ ਇਹ 50 ਕੁ ਗ੍ਰਾਮ ਹੋਰ ਵਧਣਗੇ ਅਤੇ ਇਹ ਫਿਰ ਪੱਕਣ 'ਚ ਮਿਠਾਸ ਆਉਣ ਲੱਗ ਜੂਗੀ। ਹੁਣ ਇਹ ਖੱਟੇ ਨੇ, ਇਹਤੋਂ ਪਹਿਲਾਂ ਕੌੜੇ ਹੁੰਦੇ ਸੀ। ਹੁਣ ਜਿਉਂ ਜਿਉਂ ਇਹ ਸਮਾਂ ਥੋੜ੍ਹਾ ਜਿਹਾ ਲੰਘੀ ਜਾਊਗਾ ਆਪਣਾ ਆਹ ਮਹੀਨੇ ਦੇ ਐਂਡ 'ਚ, ਜੁਲਾਈ ਦੇ ਸ਼ੁਰੂ 'ਚ, ਅਤੇ ਹੁਣ ਇਹ ਪੱਕ ਜਾਣਗੇ ਜੀ। ਫਿਰ ਬਾਕੀ ਇਹਨਾਂ ਦੀ ਗੱਲ ਕਰੀਏ, ਕਟਿੰਗ ਹਰੇਕ ਸਾਲ ਇਹਦੀ ਕਰਨੀ ਪੈਂਦੀ ਹੈ ਜੀ, ਬੂਟਾ ਰੱਖ ਕੇ। ਅਤੇ ਇਹਦੇ ਥੱਲੇ ਮਲਚਿੰਗ ਟਰੇ ਲਾਈ ਹੋਈ ਹੈ ਜੀ ਆਪਾਂ ਨੇ। ਮਲਚਿੰਗ ਟਰੇ ਦਾ ਇਹ ਫਾਇਦਾ ਵੀ, ਇੱਕ ਤਾਂ ਮਾਈਕਰੋ ਐਕਟੀਵਿਟੀ ਵਧੀ ਰਹਿੰਦੀ ਹੈ ਜੀ, ਇੱਥੇ ਗੰਡੋਆ ਪੂਰੀ ਚੰਗੀ ਤਰੀਕੇ ਨਾਲ ਕੰਮ ਕਰਦਾ। ਅਤੇ ਇੱਕ ਇਹਦੇ ਥੱਲੇ ਹਨੇਰਾ ਰਹਿੰਦਾ, ਕੋਈ ਮੱਛਰ ਮੱਖੀ ਇਹਦੇ ਥੱਲੇ ਆਉਂਦੀ ਨਹੀਂ ਜੀ, ਬੂਟੇ ਥੱਲੇ। ਉਹ ਇਹਨੂੰ ਬੈਨੀਫਿਟ ਇਹ ਹੁੰਦਾ ਵੀ ਇੱਕ ਤਾਂ ਫਰੂਟ ਦਾਗੀ ਨਹੀਂ ਹੋਊਗਾ ਮੱਛਰ ਮੱਖੀ ਨਾਲ, ਦੂਸਰਾ ਇਹ ਪੂਰਾ ਬੂਟਾ ਫਿਰ ਜਿਹੜਾ ਗਰਮੀ ਤੋਂ ਵੀ ਬਚਿਆ ਰਹੂਗਾ, ਕਿਉਂਕਿ ਮਈ ਜੂਨ 'ਚ ਆਪਣੀ ਗਰਮੀ ਬਹੁਤ ਪੈ ਜਾਂਦੀ ਆ। ਹੁਣ ਤੱਕ ਦਾ ਮੌਸਮ ਰਿਹਾ ਸੀ ਠੀਕ ਇਸ ਸਾਲ, ਪਰ ਹੁਣ ਪੂਰਾ ਵਧੀਆ ਗਰਮੀ 43 ਡਿਗਰੀ 'ਚ ਪਹੁੰਚਣ ਲੱਗ ਗਿਆ, 44 ਡਿਗਰੀ ਤੱਕ ਤਾਪਮਾਨ। ਪਰ ਹੁਣ ਵੀ ਇਹ ਬੂਟਾ ਤੁਸੀਂ ਦੇਖੋ ਪੂਰਾ ਸ਼ਾਈਨ ਕਰ ਰਿਹਾ, ਫਲ ਪੂਰਾ ਸ਼ਾਈਨ ਕਰ ਰਿਹਾ, ਅਤੇ ਹੁਣ ਇਹਦਾ ਸਾਈਜ਼ ਬਣਨ ਦਾ ਸਮਾਂ ਆ ਗਿਆ। ਅਤੇ ਥਿਨਿੰਗ ਇਹਦੀ ਵੀ ਕਰਨੀ ਸੀ, ਇਹਦਾ ਵੀ ਆਪਾਂ ਨੇ ਬੂਟਿਆਂ ਤੋਂ ਜਿਹੜੇ ਛੋਟੇ ਫਲ ਸੀ ਉਹ ਤੋੜਨੇ ਸੀ। ਉਹ ਥਿਨਿੰਗ ਇਸ ਪਰਪਜ਼ ਲਈ ਕਰੀ ਜਾਂਦੀ ਆ ਵੀ ਜਿਹੜੇ ਜ਼ਿਆਦਾ, ਜਿਵੇਂ ਹੁਣ ਆਹ ਗੁੱਛਾ 4-3 ਸੇਬਾਂ ਦਾ, ਜੇ 2 ਹੁੰਦੇ ਤਾਂ ਇਹਨਾਂ ਦਾ ਸਾਈਜ਼ ਹੋਰ ਵੱਧ ਜਾਣਾ ਸੀ, ਉਹੀ ਇਹਦੇ ਲਈ ਬੈਨੀਫਿਟ ਹੁੰਦਾ। ਇਹ ਹੁਣ ਗੋਲਡਨ ਸੇਬ ਆ ਜੀ, ਗੋਲਡਨ ਦਾ ਸ਼ਕਲ ਆਪਾਂ ਪਹਿਲਾਂ ਵੀ ਵੀਡੀਓ 'ਚ ਗੱਲ ਕਰ ਚੁੱਕੇ ਹਾਂ, ਗੋਲ ਆ ਜੀ। ਅਤੇ ਜਿਹੜਾ ਐਨਾ ਸੇਬ ਆ, ਐਨਾ ਥੋੜ੍ਹਾ ਜਿਹਾ ਲੰਬਾ, ਗੋਲਡਨ ਡੋਰਸੈਟ ਦਾ ਗੋਲ ਸੇਬ, ਅਤੇ ਗੋਲਡਨ ਰੰਗ ਬਣੂਗਾ ਇਹਦਾ, ਪੀਲੇ ਇੱਕ ਰੰਗ ਦਾ ਪੱਕ ਕੇ ਬਣੂਗਾ ਜੀ। ਜਿਹੜਾ ਐਨਾ ਦੂਜਾ ਬੂਟਾ ਆਪਾਂ ਦੇਖਦੇ ਹਾਂ, ਉਹ ਐਨਾ ਦਾ ਬੂਟਾ ਜੀ, ਐਨਾ ਦੇ ਵਿੱਚ ਲਾਲੀ ਫੜ ਜਾਂਦਾ ਜੀ ਸੇਬ, ਥੋੜ੍ਹੀ ਜਿਹੀ ਲਾਲੀ ਆ ਜਾਂਦੀ ਆ ਉਹਦੇ 'ਤੇ, ਜ਼ਿਆਦਾ ਤਾਂ ਨਹੀਂ ਜੀ, ਜਿਵੇਂ ਲਾਲ ਸੇਬ ਹੁੰਦਾ ਉੱਦਾਂ ਨਹੀਂ ਆਉਣੀ, ਥੋੜ੍ਹੀ ਜਿਹੀ ਲਾਲੀ ਆ ਜਾਣੀ ਆ। ਉਹ ਵੀ ਦੇਖੋ ਜੀ, ਆ ਜਾਓ, ਉਹ ਇੱਧਰ ਆਪਣਾ ਬੂਟਾ ਆਪਾਂ ਦਿਖਾਉਂਦੇ ਹਾਂ ਜੀ, ਸੇਬ ਦਾ ਸਾਈਜ਼ ਪੂਰਾ। ਆਹ ਦੇਖੋ ਜੀ, ਸਾਈਜ਼ ਤੁਸੀਂ ਦੇਖ ਸਕਦੇ ਹੋ ਜੀ, ਆਪਣਾ ਰੰਗ ਵੀ ਦੇਖ ਸਕਦੇ ਹੋ, ਲਾਲੀ ਫੜਨ ਲੱਗ ਗਿਆ ਜੀ। ਅਤੇ ਇਹ ਮੱਛਰਦਾਨੀ ਦਾ ਥੋੜ੍ਹਾ ਜਿਹਾ ਢੰਗ ਆਪਾਂ ਅਗਲੀ ਵਾਰ ਨੂੰ ਇਹਨੂੰ ਹੋਰ ਵਧੀਆ ਤਰੀਕੇ ਨਾਲ ਮੱਛਰਦਾਨੀ ਪਾਵਾਂਗੇ ਇਹਨਾਂ 'ਤੇ, ਅਤੇ ਉਹ ਵੀ ਢੰਗ ਤੁਹਾਨੂੰ ਦੱਸੂੰਗਾ ਜੀ ਅਗਲੀ ਵਾਰ ਤੱਕ। ਆਪਾਂ ਉਹ ਇਹਦੇ ਲਈ ਜਿਹੜੇ ਜਿਹੜੇ ਸਮਾਨ ਦੀ ਜ਼ਰੂਰਤ ਆ ਉਹ ਲੈ ਕੇ ਆਵਾਂਗੇ, ਅਤੇ ਇਹਨਾਂ ਨੂੰ ਮੈਨੇਜ ਕਰਾਂਗੇ ਵੀ ਜਿੰਨਾ ਛੋਟਾ ਮੈਨੇਜ ਕਰ ਸਕੀਏ, ਵੀ ਆਪਾਂ 8 ਫੁੱਟ ਤੋਂ 7 ਫੁੱਟ ਤੋਂ ਵਧਣ ਨਾ ਦਈਏ ਇਹਨਾਂ ਬੂਟਿਆਂ ਨੂੰ। ਜੇ ਜ਼ਿਆਦਾ ਵੱਧ ਜਾਂਦੇ ਨੇ ਫਿਰ ਉਹਨਾਂ ਨੂੰ ਮੈਨੇਜ ਕਰਨਾ ਢਕਣਾ ਔਖਾ ਹੋ ਜਾਂਦਾ, ਅਤੇ ਤੋਤਾ ਬਹੁਤ ਜ਼ਿਆਦਾ ਨੁਕਸਾਨ ਕਰਦਾ, ਕਿਉਂਕਿ ਆਲੇ ਦੁਆਲੇ ਖਾਣ ਨੂੰ ਕੁਛ ਨਹੀਂ ਮਿਲਦਾ। ਮੈਂ ਨਾਸ਼ਪਾਤੀ ਬੱਬੂ ਕੁਛ ਐਸੇ ਖਾਤਰ ਛੱਡਿਆ ਹੋਇਆ ਤੋਤਿਆਂ ਖਾਤਰ, ਪਰ ਫਿਰ ਉਹ ਇੱਧਰ ਵੀ ਅਟੈਕ ਕਰਦੇ ਸੀ। ਹੁਣ ਇਹਨਾਂ ਨੂੰ ਬਚਾਉਣ ਲਈ ਇਹ ਮੱਛਰਦਾਨੀ ਪਾਈ ਆ, ਅਗਲੀ ਵਾਰ ਨੂੰ ਆਪਾਂ ਦੂਜੇ ਢੰਗ ਨਾਲ ਪਾਵਾਂਗੇ, ਜਾਲੀ ਵਧੀਆ ਢੰਗ ਨਾਲ ਲੈ ਕੇ ਵਧੀਆ ਢੰਗ ਨਾਲ ਪਾਵਾਂਗੇ। ਅਤੇ ਬੂਟਿਆਂ ਦੀ ਕੇਅਰ ਕਰਕੇ ਪੰਜਾਬ ਦੇ ਵਿੱਚ ਪੂਰੇ ਵਧੀਆ ਤਰੀਕੇ ਨਾਲ ਹੋ ਸਕਦੇ ਨੇ। ਇੱਕ ਨਹੀਂ, ਮੇਰੇ ਕੋਲ 25-30 ਬੂਟੇ ਖੜ੍ਹੇ ਨੇ ਜੀ, ਸਾਰਿਆਂ 'ਤੇ ਤਕਰੀਬਨ ਫਲ ਆਇਆ ਹੋਇਆ, ਦੂਜੇ ਸਾਲ ਵਾਲਿਆਂ 'ਤੇ ਘੱਟ, ਚੌਥੇ ਸਾਲ ਵਾਲਿਆਂ 'ਤੇ ਵੱਧ। ਧੰਨਵਾਦ ਜੀ।